ਹੈਲੋ, ਉਹ ਸਤਿ ਸ਼੍ਰੀ ਅਕਾਲ ਦਿਆ ਲੱਗਦਿਆ। ਹੁਣ ਉਹ ਇੰਡੀਆ ਆਇਆ ਵਾ, ਇੱਥੇ ਤਾਂ ਨਿਕੰਮੇ ਹੋ, ਤੁਹਾਡੇ ਕੋਲ ਕੰਮ ਹੋਇਆ ਨਹੀਂ ਆ, ਇਹ ਗੱਲ ਦਾ ਤੁਹਾਨੂੰ ਪਤਾ ਵਾ? 15 ਦਿਨ ਹੋ ਗਏ ਉਹਨੂੰ ਆਏ ਨੂੰ। ਉਹ ਯਾਰ, ਆਪਣੀਆਂ ਗੱਲਾਂ ਨਾ ਸੁਣਾਈ ਜਾ, ਪਹਿਲਾਂ ਮੇਰੀ ਸੁਣ ਲਾ। ਜੇ ਤਾਂ ਤੁਸੀਂ ਇੱਥੇ ਕੰਮ ਕਰ ਸਕਦੇ ਜੀ, ਮੈਨੂੰ ਤਾਂ ਵੀ ਦੱਸੋ, ਨਹੀਂ ਤਾਂ ਮੈਂ ਬੰਦੇ ਹੋਰ ਲੱਭਾਂ। ਨਹੀਂ, ਮੈਂ ਚੱਲ ਅੱਜ ਨਹੀਂ ਤਾਂ ਕੱਲ੍ਹ ਕਰਨਾ ਤਾਂ ਹੈਗਾ ਹੀ ਆ। ਉਹ ਭਰਾ, ਮੇਰੀ ਮਨ 'ਤੇ ਸਾਲ ਇੱਕ ਲਾਇਆ, ਬਹੁਤਾ ਨਹੀਂ ਮੈਂ ਤੈਨੂੰ ਕਹਿੰਦਾ। ਉਹ ਚੱਲ ਇਹ ਆ ਵੀ ਹੱਥ ਸੌਖਾ ਹੋ ਜਾਊਗਾ। ਜੇ ਤੁਸੀਂ ਕਹਿੰਦੇ ਜੇ ਤਾਂ ਮੈਂ ਜੋਬਨ ਨੂੰ ਮਨਾ ਲਾਂ, ਗੱਲ ਮੋੜਦਾ ਤਾਂ ਨੀਗਾ ਉਹ ਮੇਰੀ ਉੱਦਾਂ। ਰਮਨ, ਇੱਦਾਂ ਕਰਦੇ ਹਾਂ, ਸਾਰੇ ਜਣੇ ਬਹਿ ਕੇ ਇਹਨੂੰ ਪੁੱਛ ਲੈਂਦੇ ਹਾਂ ਵੀ ਜੋਬਨ, ਜੇ ਤਾਂ ਤੂੰ ਛੁੱਟੀ ਵਧਾਉਣੀ ਆ ਤਾਂ ਫਿਰ ਤਾਂ ਅਸੀਂ ਤੇਰਾ ਚੁਣੀ ਚੜਾ ਕਰ ਲਈਏ। ਠੀਕ ਆ, ਧੀ ਵਾਲਿਆਂ ਨੂੰ ਬੜਾ ਕੁਝ ਵੇਖਣਾ ਪੈਂਦਾ ਵਾ। ਚੱਲ ਕੋਈ ਨਹੀਂ, ਤੂੰ ਕਰ ਲਾ ਫੋਨ ਅਤੇ ਮੈਂ ਵੀ ਰਸੋਈ 'ਚ ਨਿੱਕਾ ਮੋਟਾ ਕੰਮ ਥੋੜ੍ਹਾ ਜਿਹਾ ਰਹਿੰਦਾ ਸੀ। ਪਰ ਨਾ, ਇੱਕ ਤਾਈ ਜੀ ਵਿਚਾਰ ਜੀ ਆਉਂਦੀ ਸੀ ਮਨ ਦੇ ਵਿੱਚ ਸਾਰਿਆਂ ਦੇ। ਗੱਲ ਇਹ ਸੀ ਵੀ ਆਖਣਦੇ ਸੀ ਵੀ ਮੁੰਡੇ ਦੀ ਛੁੱਟੀ ਹਲੇ ਹੈਗੀ ਆ ਥੋੜ੍ਹੀ ਜੀ, ਆਖਣਦੇ ਸੀ ਵੀ ਵਿਆਹ ਨਾ ਕਰ ਲਈਏ। ਨਹੀਂ, ਤੁਸੀਂ ਕਰ ਲਓ ਸਲਾਹ, ਫਿਰ ਕੋਈ ਨਹੀਂ ਦੱਸ ਦਿਓ। ਉਹ ਮੇਰੀ ਗੱਲ ਸੁਣ, ਤੂੰ ਚੌਧਰ ਕਰਨ ਨੂੰ ਹਟਣਾ ਵਾ ਕਿ ਨਹੀਂ ਹਟਣਾ? ਜਿੰਨਾ ਚਿਰ ਵੱਜ ਨਾ ਨਾ ਜਾਣ, ਉਨਾ ਚਿਰ ਤੂੰ ਰੋਕ ਨਹੀਂ ਗਾ ਹੋਣਾ। ਫਿਰ ਮੁੜ ਕੇ ਗਲੇਡੂ ਸੁੱਟਣ ਡਿਆ ਪੈਂਦੀ ਹੈ।